ਆ ਦੇਖੋ ਕਟਿੰਗ, ਇਹਨੂੰ ਕਹਿੰਦੇ ਆ ਖੋਤਾ ਕਟਿੰਗ। ਅੱਜ ਇਹ ਲਵਾਊ ਲੈਟਰਿੰਗ ਆ। ਪਾਰਸਲ ਗਾਈਜ਼ ਆਪਾਂ ਨੇ ਕਰ ਲਿਆ ਰਿਸੀਵ, ਹੈਲੋ ਗਾਈਜ਼, ਵੈਲਕਮ ਬੈਕ ਟੂ ਮਾਈ ਯੂਟਿਊਬ ਚੈਨਲ, ਆਈ ਹੋਪ ਤੁਸੀਂ ਸਭ ਵਧੀਆ ਹੋਵੋਗੇ। ਸਵਾਗਤ ਹੈ ਇੱਕ ਤੁਹਾਡਾ ਨਿਊ ਫਰੈਸ਼ ਵਲੌਗ ਦੇ ਵਿੱਚ। ਅਤੇ ਸੁਬਹਾ ਸੁਬਹਾ ਅਸੀਂ ਵਲੌਗ ਕਰਤਾ ਸਟਾਰਟ, ਅਤੇ ਆਸ਼ੂ ਜੀ ਕਰਾ ਕੇ ਆਏ ਨੇ ਕਟਿੰਗ। ਕਟਿੰਗ ਦਿਖਾਉਂਦੇ ਹਾਂ ਤੁਹਾਨੂੰ ਪਹਿਲਾਂ ਪਹਿਲਾਂ ਮੁੰਡੇ ਦੀ ਕਟਿੰਗ ਚੈੱਕ ਕਰੋ। ਆਹਾ, ਇੱਧਰ ਨੂੰ ਹੋਈ, ਆਹ ਦੇਖੋ ਕਟਿੰਗ, ਇਹਨੂੰ ਕਹਿੰਦੇ ਆ ਖੋਤਾ ਕਟਿੰਗ। ਕਟਿੰਗ ਤਾਂ ਦੇਖੋ ਭਾਈ, ਹੁਣ ਦਿਖਾ ਤਾਂ ਦੇ, ਗਿੱਚੀ ਰਖਾਈ ਹੈ, ਹੁਣ ਦੇਖ ਤਾਂ ਲਈ, ਹੁਣ ਦਿਖਾ ਤਾਂ ਦੇ, ਪੂਰੀ ਤਾਂ ਦਿਖਾ ਦੇ, ਚੱਲ ਇੱਧਰ ਨੂੰ ਤਾਂ ਘੁੰਮ। ਆਹ ਦੇਖੋ ਜੀ, ਚੈੱਕ ਕਰੋ ਪ੍ਰੋਡਕਟ, ਚੈੱਕ ਕਰੋ। ਜਿਸ ਕੰਮ ਲਈ ਗਾਈਜ਼ ਜਾ ਰਹੇ ਸੀ, ਉਸ ਕੰਮ ਲਈ ਆਪਾਂ ਨਿਕਲ ਚੁੱਕੇ ਸੀਗੇ, ਅਤੇ ਹਵਾ ਬਹੁਤ ਠੰਡੀ ਚੱਲ ਰਹੀ ਸੀਗੀ। ਦੇਖੋ ਆਸ਼ੂ ਨੇ ਥੈਲਾ ਜਿਹੜਾ ਲੱਦਿਆ ਹੋਇਆ, ਦਰਅਸਲ ਇਹੀ ਆਪਾਂ ਕੱਪੜੇ ਦੇਣ ਜਾ ਰਹੇ ਸੀਗੇ ਜ਼ਰੂਰਤਮੰਦ। ਤੁਹਾਨੂੰ ਪਤਾ ਹੀ ਹੈ ਰੋਡ ਸਾਈਡ 'ਤੇ ਜਿਹੜੇ ਵੀ ਲੋਕ ਬੈਠੇ ਰਹਿੰਦੇ ਹੁੰਦੇ ਆ, ਉਹਨਾਂ ਨੂੰ ਆਪਾਂ ਕੱਪੜੇ ਦੇਣ ਜਾ ਰਹੇ ਸੀਗੇ। ਅਤੇ ਫਟਾਫਟ ਚਲੋ ਆਪਾਂ ਚੱਲਦੇ ਹਾਂ, ਅਤੇ ਫਟਾਫਟ ਆਪਣਾ ਕੰਮ ਨਿਬੇੜ ਕੇ ਆਈਏ। ਅਤੇ ਮੌਸਮ ਬਹੁਤ ਵਧੀਆ ਹੋ ਰਿਹਾ ਸੀ, ਇਹੋ ਜਿਹੇ ਮੌਸਮ ਦੇ ਵਿੱਚ ਸ਼ੂਟ ਕਰਨ ਦਾ ਗਾਈਜ਼ ਮਜ਼ਾ ਹੀ ਕੁਛ ਹੋਰ ਆ। ਤੁਸੀਂ ਕਰੋ ਵਲੌਗ ਨੂੰ ਇੰਜੋਏ, ਅਤੇ ਫਿਰ ਮਿਲਦੇ ਹਾਂ ਪਹੁੰਚ ਕੇ ਡੈਸਟੀਨੇਸ਼ਨ 'ਤੇ। ਦੇਖਿਆ ਵੀ ਹੋਊਗਾ, ਬਾਕੀ ਨਹੀਂ ਵੀ ਪਤਾ, ਤੁਹਾਨੂੰ ਜ਼ੂਮ ਕਰਕੇ ਦਿਖਾ ਦਿੰਦੇ ਹਾਂ ਮਾੜਾ ਜਿਹਾ, ਦੇਖ ਲਿਆ ਹੋਊਗਾ। ਦੇਖ ਕੇ ਕਮੈਂਟਾਂ 'ਚ ਜ਼ਰੂਰ ਦੱਸਿਓ ਵੀ ਤੁਸੀਂ ਦੇਖਿਆ ਕਿ ਨਹੀਂ ਦੇਖਿਆ। ਹੁਣ ਅਸੀਂ ਥੋੜਾ ਜਿਹਾ ਪੁੰਨ ਕਮਾ ਲਏ ਹਾਂ, ਥੋੜਾ ਜਿਹਾ ਨੋਨੂ ਵੀਰੇ ਨੇ, ਬਾਕੀ ਗੱਡੀਆਂ ਫੁੱਲ ਚੱਲ ਰਹੀਆਂ। ਆਸ਼ੂ ਨੇ ਲੈ ਲਈਆਂ ਮਿਰਚਾਂ, ਅੱਜ ਇਹ ਲਵਾਊ ਲੈਟਰਿੰਗ ਆ। ਉੱਧਰ ਆਪਾਂ ਬਾਹਰ ਕਿਉਂ ਆ ਗਏ, ਪੀਤੇ ਬੰਨ ਪਹਿਲਾਂ।
ਪਾਰਸਲ ਗਾਈਜ਼ ਆਪਾਂ ਨੇ ਕਰ ਲਿਆ ਰਿਸੀਵ, ਇਹ ਦਿਖਾਵਾਂਗੇ ਤੁਹਾਨੂੰ ਅਗਲੇ ਵਲੌਗ ਦੇ ਵਿੱਚ, ਅਨਬੋਕਸਿੰਗ ਦਾ ਵਲੌਗ ਹੋਊਗਾ ਜਿਹੜਾ ਉਹਦੇ ਵਿੱਚ ਦਿਖਾਵਾਂਗੇ। ਤੇ ਹੁਣ ਆਪਾਂ ਪਾਰਸਲ ਰਿਸੀਵ ਕਰ ਲਿਆ ਤੇ ਹੁਣ ਇਹਨੂੰ ਆਪਾਂ ਐਜ਼ ਇਟ ਇਜ਼ ਰੱਖਾਂਗੇ ਕਿ ਹੁਣ ਅਸੀਂ ਕਰ ਰਹੇ ਹਾਂ ਮੂਵੀ ਨੂੰ ਇੰਜੋਏ, ਕੰਜ਼ਿਊਰਿੰਗ 2 ਦੇਖਣ ਲੱਗੇ ਹਾਂ। ਗਾਈਜ਼ ਇਸ ਵਲੌਗ ਨੂੰ ਰੱਖਦੇ ਇੱਥੋਂ ਤੱਕ, ਆਈ ਹੋਪਸ ਤੁਹਾਨੂੰ ਵਧੀਆ ਲੱਗਿਆ ਹੋਣਾ। ਛੋਟਾ ਜਿਹਾ ਸੀ ਵਲੌਗ, ਬਸ ਆਪਾਂ ਨੇ ਪਾਰਸਲ ਦੀ ਡਿਲੀਵਰੀ ਲੈਣੀ ਸੀ ਜੋ ਕਿ ਲੈ ਚੁੱਕੇ ਹਾਂ। ਇਹਦੀ ਅਨਬੋਕਸਿੰਗ ਦੇਖਣ ਲਈ ਵਲੌਗ ਦੇ ਵਿੱਚ ਬਣੇ ਰਹੋ, ਕੀ ਲੈ ਗਿਆ ਹੈ ਕੀ ਨਹੀਂ। ਤੇ ਮਿਲਦੇ ਹਾਂ ਤੁਹਾਨੂੰ ਇੱਦਾਂ ਕਿਸੇ ਨੈਕਸਟ ਵਲੌਗ ਦੇ ਵਿੱਚ ਨਿਊ ਕੰਟੈਂਟ ਦੇ ਨਾਲ। ਥੈਂਕ ਯੂ ਸੋ ਮਚ ਵਾਚਿੰਗ, ਬਾਏ।